ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣੇ ਚੈਨਲ ਨਿਕਤਾ ਪੀਬੀ 31 ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਹਾਂਜੀ ਦੋਸਤੋ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਲਓ ਲਾਈਕ। ਹਾਂਜੀ ਦੋਸਤੋ, ਸਿੱਧੂ ਮੂਸੇਵਾਲਾ ਜੋ ਕਿ ਅੱਜ ਦੀ ਇੰਡਸਟਰੀ ਦਾ ਰਾਜਾ ਮੰਨਿਆ ਜਾਂਦਾ ਹੈ, ਸਿੱਧੂ ਮੂਸੇਵਾਲਾ ਨੇ ਹਾਲ ਹੀ ਦੇ ਵਿੱਚ ਆਪਣੇ ਇੰਸਟਾਗ੍ਰਾਮ ਦੇ ਉੱਤੇ ਇੱਕ ਪੋਸਟਰ ਸ਼ੇਅਰ ਕੀਤਾ ਸੀ ਜਿਸ ਦਾ ਨਾਮ ਮਾਈ ਬਲੌਗ। ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਜਿਵੇਂ ਹੇਟਰਾਂ ਨੂੰ ਕਰਾੜੇ ਜਵਾਬ ਦਿੰਦਾ ਹੈ, ਉਸੇ ਤਰ੍ਹਾਂ ਉਹਨਾਂ ਦੇ ਫੈਨ ਵੀ ਕਿਸੇ ਨਾਲ ਘੱਟ ਨਹੀਂ ਹਨ। ਸੋਸ਼ਲ ਮੀਡੀਆ ਦੇ ਉੱਤੇ ਹਨੀ ਹੈਬੋਵਾਲੀਆ ਜੋ ਕਿ ਬਹੁਤ ਹੀ ਵਾਇਰਲ ਹੋ ਰਿਹਾ ਪੇਜਾਂ ਦੇ ਉੱਤੇ, ਉਹਨਾਂ ਦੀ ਵੀਡੀਓ ਪੈੜੀ ਹੈ। ਇਸੇ ਤਰ੍ਹਾਂ ਇਸ ਮੁੰਡੇ ਨੇ ਆਪਣੀ ਕਲਮ ਦੇ ਨਾਲ ਹੇਟਰਾਂ ਦੀ ਮੰਜੀ ਠੋਕੀ ਹੈ। ਇਹ ਮੁੰਡਾ ਸਿੱਧੂ ਮੂਸੇਵਾਲ ਦਾ ਬਹੁਤ ਹੀ ਤਕੜਾ ਫੈਨ ਹੈ। ਇਸ ਦੀ ਆਈ ਡੀ ਹਨੀ ਹੈਬੋਵਾਲੀਆ ਹੈ। ਇੰਸਟਾਗ੍ਰਾਮ 'ਤੇ ਫੋਲੋ ਜ਼ਰੂਰ ਕਰਿਓ ਅਤੇ ਵੀਡੀਓ ਵੇਖਣ ਦੇ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਕਮੈਂਟਾਂ ਵਿੱਚ ਸਿੱਧੂ ਮੂਸੇਵਾਲਾ ਜ਼ਿੰਦਾਬਾਦ ਜ਼ਰੂਰ ਲਿਖਿਓ। ਜੱਟਾ ਇੱਕ ਦਮ ਨਾ ਪੋਸਟਰ ਪਾਇਆ ਕਰ, ਦੇਖੀ ਕਿਤੇ ਹੇਟਰਾਂ ਨੂੰ ਅਟੈਕ ਨਾ ਜਾਵੇ। ਕੰਮ ਤਾਂ ਉਹਨਾਂ ਦਾ ਪਹਿਲਾਂ ਹੀ ਮੰਦਾ ਆ, ਉਹ ਤਾਂ ਸੋਚਦੇ ਨੇ ਕਦੋਂ ਫੇਮ ਲੈਣ ਦੀ ਵਾਰੀ ਆਵੇ। ਕਹਿੰਦਾ ਤੁਸੀਂ ਵੀ ਪੁੱਤ ਕਦੇ ਗਾਣੇ ਲੀਕ ਕੀਤੇ ਸੀ ਲਾਈਵ ਹੋ ਕੇ? ਜੱਟ ਨੇ ਤਾਂ ਸਿਰਫ ਫੋਟੋ ਹੀ ਬਲਰ ਕੀਤੀ ਆ, ਤੁਹਾਡਾ ਗਾਣਾ ਨਹੀਂ ਚੱਲਦਾ, ਚਾਹੇ ਸੇਮ ਡੇਟ ਰੱਖ ਲਓ, ਜੱਗ ਜਾਣ ਦਾ ਪਹਿਲਾਂ ਕਿਹਨੇ ਮਾੜੀ ਕੀਤੀ ਆ। ਕਹਿੰਦਾ ਗੱਡੀਆਂ 'ਚ ਜਸ਼ਨ ਮਨਾਉਂਦੇ ਸੀ ਕਦੇ ਗਾਣੇ ਲੀਕ ਕਰਕੇ, ਗੱਡੀਆਂ 'ਚ ਜਸ਼ਨ ਮਨਾਉਂਦੇ ਸੀ ਕਦੇ ਗਾਣੇ ਲੀਕ ਕਰਕੇ, ਜਿੱਦਾਂ ਦੀ ਕਰਨੀ ਪੁੱਤ ਉਦੋਂ ਦੀ ਭਰਨੀ ਦਾ ਪਾਉਂਗੀ। ਕਹਿੰਦਾ ਅਗਲਾ ਗਾਣਾ ਜੱਟ ਦਾ 20 ਤਰੀਕ ਨੂੰ ਮਾਈ ਬਲੌਕ ਆ ਰਿਹਾ, ਫੈਨਾਂ ਨੂੰ ਚਾਹ, ਕਮੈਂਟਾਂ ਦੀ ਬਰਸਾਤ ਅਤੇ ਹੇਟਰਾਂ ਦੇ ਦਿਲਾਂ ਦੀ ਸਵਾਹ ਹੋਊਗੀ। ਹੇਟਰਾਂ ਦੇ ਦਿਲਾਂ ਦੀ ਸਵਾਹ ਹੋ